ਦੋ ਵਾਰ ਮੀਟਿੰਗ ਹੋਈ ਹੈ ਮੰਤਰੀ ਸਾਹਿਬ ਨਾਲ ਤੇ ਮੰਤਰੀ ਸਾਹਿਬ ਨੇ ਸ਼ਵਾਸ਼ਣ ਦਿੱਤਾ ਫੋਨ ਕੀਤਾ ਵੀ ਜਿਹੜੀ ਇਹਨਾਂ ਦੀ ਵਿਕਟਮਾਈਜੇਸ਼ਨ ਉਹ ਕਰਕੇ ਠੀਕ ਕੀਤੀ ਜਾਵੇ ਤੇ ਜਿਹੜੀ ਇਹਨਾਂ ਦੀ ਬਦਲੀਆਂ 200 200 250 250 ਕਿਲੋਮੀਟਰ ਦੂਰ ਹੋਈਆਂ ਉਹ ਜਿਹੜੀਆਂ ਬਦਲੀਆਂ ਰੱਦ ਕਰਦੇ ਹੋਏ ਇਹਨਾਂ ਨੂੰ 20 ਕਿਲੋਮੀਟਰ ਜਿਹੜਾ ਆਪਣਾ ਹੋਮ ਤੁਹਾਡਾ ਘਰ ਹੈਗਾ ਹੁਣ ਡਿਸਟ੍ਰਿਕਟ ਦੇ ਵਿੱਚ ਉਹ ਅਜੇ ਤੱਕ ਲਾਗੂ ਨਹੀਂ ਹੋਇਆ ਉਸ ਬਾਰੇ ਡੀਪੀਆਈ ਸਾਹਿਬ ਨਾਲ ਗੱਲ ਕੀਤੀ ਕਹਿੰਦੇ ਫਾਈਲ ਪੁੱਟ ਅਪ ਹੋਈਆ ਲੇਕਿਨ ਸੁਣਨ ਦੇ ਵਿੱਚ ਆਇਆ ਕਿ ਜਿਹੜੇ এডਿਕੇਸ਼ਨ ਦੇ ਸਖਤਰ ਆ ਕ੍ਰਿਸ਼ਨ ਕੁਮਾਰ ਜੀ ਉਹਨਾਂ ਵੱਲੋਂ ਕੋਈ ਅਡਕਸ਼ਨ ਜਿਹੜੀ ਇਹਦੇ ਵਿੱਚ ਪੈਦਾ ਕੀਤੀ ਜਾ ਰਹੀ ਹੈ ਹਾਂ ਇਸ ਸਬੰਦੇ ਅੱਜ ਜਿਹੜੀ ਆ ਮੀਟਿੰਗ ਪੀਐਸਐਮਯੂ ਦੀ ਅਲੱਗ ਮੀਟਿੰਗ ਹੋਈ ਆ ਸਟੇਟ ਯੂਨਿਟ ਦੀ ਉਹਦੇ ਵਿੱਚ ਸਾਰਿਆਂ ਨੇ ਇੱਕ ਮਤ ਹੋ ਕੇ ਇਹ ਫੈਸਲਾ ਲਿਆ ਜਿਹੜਾ ਇਹਨਾਂ ਨਾਲ ਧੱਕਾਸ਼ਾਹੀ ਹੋ ਰਹੀ ਆ এডਿਕੇਸ਼ਨ ਡਿਪਾਰਟਮੈਂਟ ਦੇ ਵਿੱਚ ਉਹਦੇ ਵਿੱਚ ਪੀਐਸਐਮਜੂ ਪੰਜਾਬ ਸਟੇਟ ਮਿਸਟਰੀਅਰ ਸਰਵਿਸ ਯੂਨੀਅਨ ਔਰ ਸਾਂਝਾ ਮਲਾਜ਼ਮ ਮੰਚ ਜਿਹਦੇ ਵਿੱਚ 22 ਜਥੇਬੰਦੀਆਂ ਇਹ ਇਹਦੇ ਵਿੱਚ ਹਿੱਸਾ ਲੈਣ ਗਿਆ ਤੇ ਜਿਸ ਐਜੀਟੇਸ਼ਨ ਦੀ ਲੋੜ ਪਈ ਤਾਂ ਦੋਵੇਂ ਜਥੇਬੰਦੀਆਂ ਹਮ ਹਮਾ ਕੇ ਇਹਦੇ ਵਿੱਚ ਪਹੁੰਚਣ ਗਿਆ ਇਹਦੇ ਐਜੀਟੇਸ਼ਨ ਦੇ ਵਿੱਚ ਅੱਜ ਦੀ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਨੂੰ 7 ਦਿਨ ਦਾ ਅਲਟੀਮੇਟਮ ਦੇ ਕੇ ਬਦਲੀਆਂ ਰੱਦ ਕਰਨ ਦੇ ਲਈ ਜਿਹੜੀ ਅਪੀਲ ਕੀਤੀ ਹੈ ਤੇ ਨਾਲ ਅਲਟੀਮੇਟਮ ਵੀ ਦਿੱਤਾ ਹੈ ਕਿ ਜੇਕਰ ਇਹ ਸਿੱਖਿਆ ਵਿਭਾਗ ਦੀਆਂ ਜਿਹੜੀਆਂ ਮਿਨਿਸਪਲ ਸਟਾਫ ਦੀਆਂ ਬਦਲੀਆਂ ਜਿਹੜੀਆਂ 7 ਤੇ 8 ਅਗਸਤ ਨੂੰ ਕੀਤੀਆਂ ਗਈਆਂ ਸੀਗੀਆਂ ਅਗਰ ਉਹ ਰੱਦ ਨਹੀਂ ਕੀਤੀਆਂ ਗਈਆਂ ਤੇ ਜਿਹੜਾ ਅਗਲਾ ਐਕਸ਼ਨ ਹੈ ਉਹਦੇ ਵਿੱਚ ਪੀਐਸਐਮ ਜੂ ਗਰਾਊਂਡ ਦੇ ਉੱਤੇ ਟੋਟਲ ਡਿਪਾਰਟਮੈਂਟਾਂ ਦਾ ਮਿਨਿਸਪਲ ਕੰਮ ਹੈ ਜਿਹੜਾ ਹੈ ਸਰਕਾਰੀ ਮਸ਼ੀਨਰੀ ਨੂੰ ਜਿਹੜਾ ਠੱਪ ਕਰ ਦੇਗਾ ਤੇ ਉਹਦੀ ਸਾਰੀ ਰੋਲ ਜ਼ਿੰਮੇਵਾਰੀ ਜਿਹੜੀ ਹੈਗੀ ਆ ਪੰਜਾਬ ਸਰਕਾਰ ਦੀ ਜਾਂ ਸਿੱਖਿਆ ਸਕੱਤਰ ਦੀ ਹੋਊਗੀ ਅਸੀਂ ਮੰਗ ਕਰਦੇ ਹਾਂ ਕਿ ਜਿਸ ਢੰਗ ਨਾਲ ਪਹਿਲਾਂ ਸਾਡੇ ਸਾਥੀ ਆਪਣੇ ਆਪਣੇ ਸਟੇਸ਼ਨਾਂ ਤੇ ਸੀਗੇ ਉਹਨਾਂ ਨੂੰ ਮੁੜ ਕੇ ਬਦਲੀਆਂ ਰੱਦ ਕਰਕੇ ਵਾਪਸ ਭੇਜੇ ਜਾਵੇ ਅਸੀਂ ਅੱਜ ਲੁਧਿਆਣਾ ਦੇ ਸਰਕਲ ਲੁਧਿਆਣਾ ਵਿਖੇ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਬਹੁਤ ਅਹਿਮ ਮਸਲੇ ਖੜੇ ਕੀਤੇ ਕਿ ਜਿਹਦੇ ਚ ਪੀਐਸਐਮਐਸਯੂ ਤੇ ਸਾਂਝਾ ਮੰਚ ਪੰਜਾਬ ਨੇ ਆਧਿਕਾਰਾਂ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ ਅਸੀਂ ਆਪਣੀ ਮਾਂ ਜਥੇਬੰਦੀ ਪੀਐਸਐਮਐਸਯੂ ਤੇ ਸਾਂਝੇ ਮੰਚ ਅੱਗੇ ਇਹ ਰਿਕਵੈਸਟ ਰੱਖੀ ਜਿਨ੍ਹਾਂ ਨੇ ਇੱਕ ਮਤ ਹੋ ਕੇ ਇਸ ਸਬੰਧੀ ਸਾਨੂੰ ਹੌਸਲਾ ਦਿੱਤਾ ਕਿ ਇਹ ਲੜਾਈ ਇਕੱਠੇ ਲੜਾਂਗੇ ਜਿਸ ਦੇ ਲਈ 7 ਦਿਨ ਦਾ ਸਰਕਾਰ ਨੂੰ ਅਲਟੀਮੇਟਮ ਦਿੱਤਾ 7 ਦਿਨਾਂ ਵਿੱਚ ਜੇ ਬਦਲੀਆਂ ਨਾ ਰੱਦ ਹੋਈਆਂ ਤਾਂ ਸਟੇਟ ਪੱਧਰ ਤੇ ਮਿਨਿਸਟਰਲ ਕੰਮੇ ਇਸ ਲਈ ਆਪਣੀ ਜੰਗ ਛੇੜ ਦੇਣਗੇ ਉਹ ਜੋ ਨਰੋਲ ਜ਼ਿੰਮੇਵਾਰੀ ਹੋਵੇਗੀ ਉਹ ਸਰਕਾਰ ਦੀ ਹੋਵੇਗੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978